ਤਸਵੀਰਾਂ ਸਰਕਾਰੀ ਹਸਪੀਟਲ ਦੀਆਂ ਨੇ ਜਿੱਥੇ ਇੱਕ ਚੋਰ ਦੇ ਵੱਲੋਂ ਬਾਇਓਮੈਟ੍ਰਿਕ ਮਸ਼ੀਨ ਚੋਰੀ ਕੀਤੀ ਗਈ। ਥੰਮਲੇ ਤੇ ਲੱਗੀ ਹੋਈ ਸੀ, ਚੋਰ ਇਸ ਨੂੰ ਪੱਟ ਕੇ ਹੀ ਲੈ ਗਿਆ ਔਰ ਸਾਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਮੋਹਾਲੀ ਦੇ ਫੇਜ਼ 6 ਦੀ ਇਹ ਵੀਡੀਓ ਹੈ ਜਿੱਥੇ ਸਰਕਾਰੀ ਹਸਪੀਟਲ ਦੇ ਵਿੱਚ ਬੀਤੀ ਰਾਤ ਇਸ ਚੋਰ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਡਾਕਟਰ ਅਤੇ ਹੋਰ ਸਟਾਫ ਦੇ ਮੈਂਬਰ ਇਸ ਬਾਇਓਮੈਟ੍ਰਿਕ ਮਸ਼ੀਨ ਤੇ ਆਪਣੀ ਅਟੈਂਡੈਂਸ ਲਗਾਉਂਦੇ ਸੀ ਔਰ ਜਦੋਂ ਉਹਨਾਂ ਨੇ ਸਵੇਰੇ ਆ ਕੇ ਦੇਖਿਆ ਤਾਂ ਉੱਥੇ ਥੰਮਲੇ ਤੇ ਮਸ਼ੀਨ ਨਹੀਂ ਸੀ। ਤਾਂ ਜਦੋਂ ਸੀਸੀਟੀਵੀ ਕੈਮਰੇ ਖੁੰਗਾਲੇ ਗਏ ਤਾਂ ਚੋਰ ਇਹਨਾਂ ਕੈਮਰਿਆਂ ਦੇ ਵਿੱਚ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਥੰਮਲੇ ਤੋਂ ਬਾਇਓਮੈਟ੍ਰਿਕ ਮਸ਼ੀਨ ਪੱਟ ਕੇ ਹੀ ਲੈ ਗਿਆ ਔਰ ਡਾਕਟਰਾਂ ਦੇ ਵੱਲੋਂ ਪੁਲਿਸ ਨੂੰ ਇਸ ਬਾਬਤ ਸਾਰੀ ਜਾਣਕਾਰੀ ਦਿੱਤੀ ਗਈ। ਮੋਹਾਲੀ ਦੇ ਫੇਜ਼ 6 ਦੇ ਸਰਕਾਰੀ ਹਸਪੀਟਲ ਦੀ ਇਹ ਵੀਡੀਓ ਹੈ ਜਿੱਥੇ ਇੱਕ ਚੋਰ ਦੇ ਵੱਲੋਂ ਬੀਤੀ ਰਾਤ ਬਾਇਓਮੈਟ੍ਰਿਕ ਮਸ਼ੀਨ ਚੋਰੀ ਕੀਤੀ ਗਈ। ਇਸ ਮਸ਼ੀਨ ਤੇ ਡਾਕਟਰ ਅਤੇ ਹੋਰ ਸਟਾਫ ਦੇ ਮੈਂਬਰ ਹਾਜ਼ਰੀ ਲਗਵਾਉਂਦੇ ਸੀ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਥੰਮਲੇ ਤੇ ਇਹ ਬਾਇਓਮੈਟ੍ਰਿਕ ਮਸ਼ੀਨ ਨਹੀਂ ਸੀ ਔਰ ਜਦੋਂ ਕੈਮਰੇ 'ਚ ਦੇਖਿਆ ਗਿਆ ਤਾਂ ਇੱਕ ਚੋਰ ਨਜ਼ਰ ਆਇਆ ਜਿਸ ਦੇ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਆਧਾਰ ਬਣਾ ਕੇ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂ ਸਾਰੀਆਂ ਓਪੀਡੀ ਬੰਦ ਹੋ ਗਈਆਂ ਸ਼ਾਮ ਦੇ ਤਕਰੀਬਨ, ਤੇ ਉਹ ਜਦੋਂ ਪਹਿਲੇ ਦੇਖਿਆ ਕਿ ਉਹ ਹੈ ਨਹੀਂ ਸੀ, ਫਿਰ ਅਸੀਂ ਜਦੋਂ ਆਪਣੀ ਸੀਸੀਟੀਵੀ ਫੁਟੇਜ ਦੇਖੀ ਤੇ ਸਾਨੂੰ ਉਸ 'ਚ ਪਤਾ ਲੱਗਿਆ ਕਿ ਇੱਕ ਪਰਸਨ ਸੀਗਾ, ਉਹ ਉਸਨੂੰ ਉਤਾਰ ਕੇ ਬੜਾ ਕਾਫੀ ਜ਼ੋਰ ਦੀ ਕਰਕੇ ਲੈ ਕੇ ਗਿਆ। ਸੋ ਉਸ ਤੋਂ ਬਾਅਦ ਸਾਰੇ ਸਾਡੇ ਡਾਕਟਰਸ ਤੇ ਟੀਮ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਟਰੇਸ ਕਰਨ ਦੀ, ਔਰ ਪਤਾ ਲੱਗਿਆ ਕਿ ਉਹ ਉਸ ਤੋਂ ਪਹਿਲੇ ਅੱਜ ਉਸ ਦਿਨ ਓਪੀਡੀ 'ਚ ਵੀ ਹੋਇਆ ਸੀਗਾ, ਰਿਸੈਪਸ਼ਨ ਤੇ ਵੀ ਦੇਖਿਆ। ਸੋ ਜਦੋਂ ਉਹਨੂੰ ਦੇਖਿਆ ਤੇ ਫਿਰ ਉਸਦੇ ਨਾਲ ਕਿਸੇ ਨੇ ਰੈਕਗਨਾਈਜ਼ ਕਰ ਲਿਆ ਕਿ ਇਹ ਬੰਦਾ ਹੈਗਾ, ਉਸਦੇ ਫਿਰ ਅਸੀਂ ਸਾਰੇ ਪਹਿਲਾਂ ਪਰਟੀਕੁਲਰਸ ਲਿੱਤੇ, ਉਸ ਪਰਟੀਕੁਲਰਸ ਦੇ ਨਾਲ ਫਿਰ ਉਹਨੂੰ ਟਰੇਸ ਕੀਤਾ ਤੇ ਸਾਡੇ ਜਿਹੜੇ MS ਸਾਹਿਬ ਹੈ ਉਹਨਾਂ ਨੇ ਟਰੇਸ ਕਰਕੇ ਉਹਨੂੰ ਦੇਖਿਆ ਤੇ ਕਹਿ ਰਿਹਾ ਕਿ ਮੈਂ ਆ ਕੇ ਵਾਪਿਸ ਕਰ ਦਿੰਦਾ ਤੇ ਉਮੀਦ ਹੈ ਕਿ ਕਰ ਲੈਣ, ਬਟ ਡੈਫੀਨੇਟਲੀ ਇਹ ਮੈਟਰ ਆਫ ਕੰਸਰਨ ਹੈ ਕਿਉਂਕਿ ਜੇ ਹੋਣਾ ਤੇ ਅਸੀਂ ਸੋਚਦੇ ਹਾਂ ਕਿ ਸਿਕਿਉਰਿਟੀ ਨੂੰ ਹੋਰ ਜ਼ਰਾ ਸਾਨੂੰ ਆਪਣਾ ਇੰਪਰੂਵ ਕਰਨਾ ਪਏਗਾ ਤਾਂ ਕਿ ਸਾਡੀਆਂ ਸਰਵਿਸਿਜ਼ ਬੈਟਰ ਹੋਣ। ਇਹ ਇੰਸੀਡੈਂਟ ਤਾਂ ਚਲੋ ਸਾਨੂੰ ਅਸੀਂ ਲੱਕੀ ਹੋ ਗਏ ਕਿ ਸਾਨੂੰ ਵਾਪਸ ਮਿਲ ਰਿਹਾ, ਬਟ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਇਸ ਇੰਸੀਡੈਂਟ ਨੂੰ ਲੈ ਕੇ ਅਸੀਂ ਆਪਣਾ ਸਿਸਟਮ ਹੋਰ ਵੀ ਇੰਪਰੂਵ ਕਰੀਏ ਤੇ ਜਿਹੜੇ ਵੀ ਸਿਕਿਉਰਿਟੀ ਗੈਪਸ ਹੈ ਉਹਨਾਂ ਨੂੰ ਪਲੱਗ ਇਨ ਕਰੀਏ। ਅਸੀਂ ਵਧੀਆ, ਸੋ ਅਸੀਂ ਸਾਰੇ ਪਾਸੋਂ ਦੀ ਅਸੀਂ ਆਪਣੀ ਕਮੇਟੀ ਬਣਾ ਕੇ ਸਾਰੇ ਜਿਹੜੇ ਸਾਨੂੰ ਗੈਪਸ ਲੱਗੇ ਨੇ ਤੇ ਸਾਨੂੰ ਇਨਹਾਂਸ ਕਰਨ ਲੱਗਿਆ। ਇਨਫੈਕਟ ਸੁਪਰੀਮ ਕੋਰਟ ਦੀਆਂ ਵੀ ਗਾਈਡਲਾਈਨ ਹੈਗੀਆਂ ਕਿ 25% ਇਨਕਰੀਜ਼ ਕਰ ਲਓ, ਇਹ ਵੀ ਸਾਨੂੰ ਚੀਜ਼ ਹੈਲਪ ਕਰੇਗੀ ਤੇ ਅਸੀਂ ਆਪਣੀਆਂ ਪੋਸਟ ਫੋਰ ਸੈਂਕਸ਼ਨ ਕਰਾ ਕੇ ਉਮੀਦ ਕਰ ਰਹੇ ਹਾਂ ਕਿ ਵਿਦਿਨ ਅ ਮੰਥ ਔਰ ਸੋ ਅਸੀਂ ਥੋੜ੍ਹਾ ਜਿਹਾ ਸਿਕਿਉਰਿਟੀ ਵੀ ਇਨਹਾਂਸ ਕਰੀਏ, CCTV ਕੈਮਰੇ ਵੀ ਇਨਹਾਂਸ ਕਰੀਏ ਤੇ ਆਪਣੀ ਸਾਰਿਆਂ ਨੂੰ ਅਵੇਅਰਨੈਸ ਵੀ ਕਰੀਏ। ਉਹਦੇ ਨਾਲ ਮੈਨੂੰ ਲੱਗਦਾ ਕਿ ਇੰਪਰੂਵਮੈਂਟ ਹੋਇਆ। ਇਸ ਇੰਸੀਡੈਂਟ ਤੋਂ ਬਾਅਦ ਸਾਰਿਆਂ ਨੇ ਆਪਣੇ ਗੈਪਸ ਦੇਖੇ ਨੇ ਤੇ ਅਸੀਂ ਵੀ ਆਪਣਾ ਪੂਰਾ ਇਵੈਲੂਏਟ ਕਰ ਰਹੇ ਹਾਂ। ਮੈਨੂੰ ਤਾਂ ਲੱਗਦਾ ਕਿ ਜਿਵੇਂ ਸਾਡੇ ਕੋਲ ਬਾਹਰ ਵੀ ਸਾਰੀਆਂ ਜਿਹੜੀਆਂ ਨੈਸ਼ਨਲ ਹਾਈਵੇ ਤੇ ਆ ਰਹੇ ਨੇ, ਲੋਕ ਇੱਥੇ ਆ ਰਹੇ ਨੇ, ਸਾਨੂੰ ਉੱਥੇ ਵੀ ਪ੍ਰੋਬਲਮਸ ਆ ਰਹੀਆਂ, ਸਿਕਿਉਰਿਟੀ ਵਾਲਿਆਂ ਨੇ ਸਾਨੂੰ ਉੱਥੇ ਵੀ ਕਿਹਾ ਹੋਇਆ ਉੱਥੇ ਵੀ ਬੰਦੇ ਨਹੀਂ ਹੋਣੇ ਚਾਹੀਦੇ। ਸੋ ਅਸੀਂ ਆਪਣਾ ਸਾਰਾ ਉਹ ਵੀ ਮੈਂਸ਼ਨ ਕਰਨ ਲੱਗੇ ਹਾਂ ਤੇ DC ਸਰ ਮੈਡਮ ਨੂੰ ਵੀ ਲਿਖਾਂਗੇ, ਬਾਕੀ ਵੀ ਜਿਹੜੇ ਸਾਡੇ ਇਨਫੋਰਸਿੰਗ ਏਜੰਸੀ ਹੈ ਜਿਵੇਂ ਨੈਸ਼ਨਲ ਹਾਈਵੇ ਵਾਲੇ ਅਲੱਗ ਹੁੰਦੇ ਨੇ ਇੰਜੀਨੀਅਰਸ, ਉਹਨਾਂ ਨੂੰ ਵੀ ਸਾਰਾ ਲਿਖ ਕੇ ਤੇ ਅਸੀਂ ਸਾਰਾ ਇਸ ਚੀਜ਼ ਨੂੰ ਕੰਪ੍ਰੀਹੈਂਸਿਵਲੀ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ
ਚੋਰੀਆਂ ਦਾ ਯੂਜੁਅਲੀ ਸਮਟਾਈਮਸ ਇਹ ਰਿਲੇਟਡ ਹੈ ਡਰੱਗ ਅਡਿਕਟ ਹੋ ਜਾਣਾ, ਬਟ ਅਸੀਂ ਇਸ ਬਾਰੇ ਕੁਛ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਇਸਨੂੰ ਕਿਹਾ ਨਹੀਂ ਕਿ ਮੈਂਟਲੀ ਸਾਊਂਡ ਹੈ ਜਾਂ ਨਹੀਂ ਹੈ, ਉਹ ਅਸੀਂ ਦੇਖ ਕੇ ਜਾਂ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ, ਬਟ ਇਹ ਰਿਲੇਟਡ ਹੁੰਦੀਆਂ ਕਿ ਛੋਟੀ ਵੈਸੇ ਕੋਈ ਬਾਇਓਮੈਟ੍ਰਿਕ ਦੀ ਬਹੁਤ ਕੋਈ ਵੈਲਿਊ ਨਹੀਂ ਹੈ ਕਿ ਜਿਹੜਾ ਉਹ ਚੁੱਕ ਕੇ ਲੈ ਜਾਏ, ਅਤੇ ਮੋਸਟਲੀ ਇਟ ਇਜ਼ ਸੇਮ ਕਿ ਬੰਦੇ ਨੂੰ ਉਸਦੀ ਸਮਝ ਨਹੀਂ ਹੈ ਕਿ ਕਿਉਂ ਉਹਨੇ ਉਤਾਰਨੀ ਹੈ, ਸੋ ਓਬਵੀਅਸਲੀ ਇਹ ਠੀਕ ਤਾਂ ਨਹੀਂ ਹੈ, ਬਟ ਉਹਨੂੰ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ ਉਹ ਅਸੀਂ ਪੱਕਾ ਨਹੀਂ ਕਹਿ ਸਕਦੇ।